हां जी वाह बोल पता सी मेनू मैं क्या मेरे कोल ही आएगा और करो किदा इधर इधर करो गल करो इन्हें नाल हां जी बोलदा नहीं बेचारा मैं की करा आज गाना कर रहे जी अपन एल्बम दा पहला गाना पहला दिन है आइडल ट्रैक वाह बोल एल्बम सारी आउट हो चुकी है थोनू दसो कितना लगी एल्बम वाह बोल लाइटिंग कराई जा रही है 2700 टेंपरेचर ते लाइट सेट करो ते जस्से ढिल्लो दा हैगा सोंग अज एल्बम दा पहला सोंग किदा लग्या जी ते बाकी सोंग भी आ रहे हैं जल्दी ते सारे ही सोंग बहुत वधिया असी दो सोंग बनाए आ ते तीजा भी आ चार बनाए असी हुण ही पता लग्या माया आने वाली है नवी विलन दस्सिया आपणी चार करने आ जी ते साडी टीम बारे दस्सो बड़ा है जी सो असी पिछले वीक च असी पांच बंदे ट्रेनिंग ते लियांदे ते उन्हां विचों एक दा पहले दिन ही भज गया दूसरे दिन भज गया ते बाकी अज एक बाई कहिंदा मेरे ना घरे अलार्म बजन लग गए मैनूं घरे जाणा मैं कहा जा भरावा तेरा घर ना मच जावे वो पानी पीण गया कदे नहीं मुड़िया निकल गया ते एक दी अज राइड नहीं मिली सो उन्हूं भी कहता ना ही सो कई बार लोगों को लगता होंगे कि काम सौखा स्नैपचैट इंस्टाग्राम से देख के बट इट्स रियली हार्ड बट मैं एप्रीशिएट करदा जिहड़े भी साडे नाल किन्ने सालों तो काम कर रहे हैं बिट्टू रवि तरन प्रीत आकाश जिन्हें भी नाल साहिब बची हुई जिन्होंने भी किया रियली एप्रीशिएट गुड जॉब गाइस यू गाइस ਕਿਵੇਂ ਮੈਂ ਕਿਹਾ ਜੰਪ ਮਾਰਦੇ ਕਹਿੰਦਾ ਮੈਂ ਨਵਾਂ ਆ ਹੋਰ ਕੀ ਬੰਦਾ ਸ਼ੂਟ ਚੱਲ ਰਿਹਾ ਸਕੇਟਬੋਰਡ ਪਾਰਕਿੰਗ ਤਰਦੀ ਇਹ ਡਨ ਅਤੇ ਇੱਕ ਸ਼ੋਟ ਸਾਡਾ ਡਨ ਹੋ ਗਿਆ ਦੱਸੇ ਵੀਰੇ ਦਾ ਗਾਣਾ ਦੱਸੇ ਵੀਰੇ ਦੀ ਐਲਬਮ ਦਾ ਗਾਣਾ ਟਾਈਟਲ ਟਰੈਕ ਦੱਸੇ ਵੀਰੇ ਘੇਟ ਲੱਗਦਾ ਨਾ ਗੈਟਅਪ ਦੇਖੋ ਐਂ ਸਕੇਟਬੋਰਡ ਰਾਏ ਕਿੱਦਾਂ ਲੱਗਿਆ ਦੱਸੇ ਵੀਰੇ ਦਾ ਗੈਟਅਪ ਐਂਡ ਪਰਫੋਰਮੈਂਸ ਕੁਛ ਇਹ ਜੀ ਗੱਲ ਕਰੋ ਵਿਊ ਵੱਧ ਆਉਣ ਜਿਹੜੇ ਕੱਲ ਤੁਸੀਂ ਸੁਣਿਆ ਰੋਣ ਲੱਗ ਗਏ ਨੋ ਹੋਰ ਕਿਉਂ ਰੋਣ ਲੱਗ ਗਏ ਯੂ ਕੈਨਟ ਐਕਸਪੋਜ਼ ਮੀ ਓਕੇ ਇਨ ਫਰੰਟ ਆਫ ਦ ਕੈਮਰਾ ਕੱਲ ਕਾ ਤਾਂ ਰੋਣ ਲੱਗ ਗਈ ਸੀ ਇਹ ਕੱਲ ਇਹਨੂੰ ਗਾਣਾ ਸੁਣਾਤਾ ਹਾਂ ਸੁਣਾ ਨਾ ਇਮੋਸ਼ਨਲ ਹੋ ਗਈ ਸੀ ਮੈਂ ਜੇ ਤੇਰੀ ਆਂਖੇ ਝੁਕੀ ਝੁਕੀ ਜੇ ਤੇਰਾ ਚਿਹਰਾ ਖਿਲਾ ਖਿਲਾ ਬੜੀ ਕਿਸਮਤ ਵਾਲਾ ਹੈ ਉਹ ਜਿਸਨੇ ਤੇਰੇ ਕੋ ਦਿਆ ਤੋਖਾ ਜਗਨ ਦਾ ਕੱਲ ਬ੍ਰੇਕਅਪ ਹੋ ਗਿਆ ਸੀ ਡੈਡ ਯਾਰ ਕੱਟੇ ਹੋਣਾ ਕੱਟੇ ਹੋਣਾ ਕੱਟੇ ਹੋਣਾ ਚਲ ਗਾਣੇ ਸੁਣਾ ਦੇ ਪ੍ਰੀਤ ਕੋਈ ਮੈਂ ਸੁਣਾ ਸੁਣਾਈ ਸੁਣਾਈ ਜਦ ਮਿਲ ਕੇ ਬੈਠਾਂਗੇ ਰੋ ਮਾਈ ਬਿਗ ਫੈਨਸ ਤੁਸੀਂ ਬੋਲੋ ਕੁਛ ਤੁਸੀਂ ਚੁੱਪ ਖੜੇ ਹੋਏ ਤੁਹਾਡਾ ਨਾਮ ਕੀ ਆ ਹਰਮਨ ਕਿੱਥੋਂ ਤੁਸੀਂ ਮੈਂ ਟਹਿਗਾ ਚੁੱਪ ਕੀਤੀ ਆ ਮੇਰੇ ਮੂੰਹ ਫੱਟਨੇ ਓ ਯਾ Sun, good morning. ਸਨ ਮੈਨੂੰ ਕਹਿੰਦਾ ਉਹ ਪਿੱਛੇ ਇੱਕ ਆਹ ਛੋਟਾ ਜਿਹਾ ਪਿੱਛੇ ਵੀ ਹੋਰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਹੈਗੀ ਆ ਦੇਖੋ ਪਾਫਾ ਨਿਕਲਣ ਵਾਲੀ ਚਾਹ ਅਤੇ ਨਾਲ ਪੀਨਟ ਬਟਰ ਵਿਦ ਬ੍ਰੈਡ ਸਾਡਾ ਡੇ ਹੈਗਾ ਅੱਜ ਕੱਲ੍ਹ ਸਾਡਾ ਸ਼ੂਟ ਹੋਇਆ ਨਹੀਂ ਇੱਕ ਹੀ ਸੀਨ ਹੋਇਆ ਮੀਂਹ ਪੈਣ ਲੱਗ ਗਿਆ ਅਤੇ ਅਸੀਂ ਕੈਂਸਲ ਕਰਤਾ ਫਿਰ ਅਤੇ ਅੱਜ ਅਸੀਂ ਫਿਰ ਆਏ ਹਾਂ ਬਾਬੇ ਮਹਾਰਾਜ ਨੇ ਵਧੀਆ ਦਿਨ ਲਾਇਆ ਅੱਜ ਅਤੇ ਅਸੀਂ ਛੇਤੀ ਛੇਤੀ ਖਿੱਚ ਦੇਣਾ ਕੰਮ ਅਤੇ ਕੱਲ੍ਹ ਨੂੰ ਤੀਸਰੇ ਸੌਂਗ ਦੀ ਤਿਆਰੀ ਗੁੱਡ ਮਾਰਨਿੰਗ ਕਿੱਦਾਂ ਜੀ ਫਿਲਹਾਲ ਤੇ ਵਧੀਆ ਹੋ ਗਏ ਰੈਡੀ ਬਿਲਕੁਲ ਸਰ ਰੈਡੀ ਹੋ ਰਹੇ ਆ ਆਪਾਂ ਤੁਸੀਂ ਦੱਸੋ ਕਿਵੇਂ ਹੋ ਬਾਬਾ ਵਧੀਆ ਵਧੀਆ ਹੈਲੋ ਗੁੱਡ ਮਾਰਨਿੰਗ ਥੋੜੇ ਅੱਜ ਵਾਲ ਇੰਨੇ ਡਿਫਰੈਂਟ ਜਿਹੇ ਕਿਉਂ ਲੱਗ ਰਹੇ ਆ ਕਿਉਂਕਿ ਡਿਫਰੈਂਟ ਆ ਤਾਂ ਕਰਕੇ ਪ੍ਰਕਾਸ਼ ਵੀ ਇੱਧਰ ਕਹਿੰਦੇ ਖਾਣ ਪੀਣ ਦੇ ਹੋਇਆ ਪੈ ਚੁੱਪਰ
ਗੁੱਡ ਮਾਰਨਿੰਗ ਆ ਬਾਈ ਜੀ। ਗੁੱਡ ਮਾਰਨਿੰਗ ਬ੍ਰੋ, ਕਿੱਦਾਂ? ਵਧੀਆ ਵਧੀਆ ਜੀ, ਤੁਸੀਂ ਦੱਸੋ, ਕੱਲ ਛੁੱਟੀ ਮਾਰ ਕੇ ਤੁਸੀਂ? ਮੈਂ ਹੋਰ ਕਿਤੇ ਕਿਤੇ ਮਾਰ ਲਈ ਸੀ। ਸਹੀ ਹੈ ਜੀ, ਬਟ ਅੱਜ ਰੱਬ ਨੇ ਬਹੁਤ ਵਧੀਆ ਵੈਦਰ ਕੀਤਾ। ਨਿੱਗ ਸੋ ਆਪਾਂ ਅੱਜ ਫਾਈਨਲ ਡੇ ਆ ਅਬਾ ਵਾਲ ਗਾਣੇ ਦੇ ਸ਼ੂਟ ਦਾ। ਫਿਰ ਕੱਲ ਨੂੰ ਆਪਾਂ ਚੱਲਣਾ ਨੈਮੋ, ਕੱਲ ਨੂੰ ਕਰਨਾ ਥਰਡ ਸੌਂਗ ਆਪਾਂ। ਚਲੋ ਜੀ, ਪ੍ਰੋਬਲਮ ਨਹੀਂ ਆ ਰਹੀ, ਆ ਰਹੀ ਪ੍ਰੋਬਲਮ, ਆ ਲੜਕਾ ਜੋ ਰਿਕਾਰਡ ਕਰ ਰਿਹਾ ਬਹੁਤ ਤੰਗ ਕਰਦਾ ਹੈ। ਕਿਹੜਾ ਕਿਹੜਾ ਲੜਕਾ? ਲੜਕਾ ਜਾਂ ਮੁੰਡਾ ਹੈ? ਲੜਕਾ ਲੜਕਾ ਆ ਮੁੰਡਾ, ਖਾ ਆਪਣੀ ਸ਼ਕਲ ਸਭ ਨੂੰ। ਮੇਰਾ ਘਰ ਆ ਜੀ, ਮੇਰਾ ਘਰ ਦੱਸੋ ਯਾਰ। ਹਾਂ ਬਈ, ਵੀਰੇ ਦਾ ਘਰ ਆਏ ਜਦੋਂ ਵੀਰਾ ਫਸਟ ਟਾਈਮ ਕੈਨੇਡਾ ਆਇਆ ਸੀਗਾ 2007 ਵਿੱਚ। ਮੈਂ ਜਦੋਂ ਆਇਆ ਸੀਗਾ ਇਸ ਘਰੇ ਸਾਡਾ ਤੇਲ ਚੋਇਆ ਗਿਆ ਸੀਗਾ, ਤੇ ਇੱਥੇ ਮੇਰੀ ਕਾਰ ਖੜੀ ਹੁੰਦੀ ਸੀ, ਪਿੱਛੇ ਅਸੀਂ ਕ੍ਰਿਕਟ ਖੇਡਦੇ ਹੁੰਦੇ ਸੀ। ਪਟਕਾ ਹੀ ਬੰਨ ਲੈਣਾ ਜਦੋਂ ਕੋਈ ਚੀਜ਼ ਲਾਉਣੀ ਹੈ ਉਦੋਂ ਹਾਹਾ ਲਾ ਕੇ ਲਾਉਣੀ, ਲਾਹਲੋ ਤੂੰ ਕੀ ਕਰਦੇ ਜਾ ਕੇ ਅੰਦਰ? ਦਿਮਾਗ ਦਿੱਤਾ ਕਹਿੰਦਾ ਉੱਪਰ ਦੀ ਲਿਆਓ, ਉੱਪਰੋਂ ਖੁੱਲਾ ਇਹ ਹੋਰ ਨਾ ਖੋਲ ਕੇ ਲਿਆਉਣਾ। ਸਾਡੇ ਪਿੰਡ ਮੈਸਤਰੀ ਸੀ ਨਾ, ਉਹ ਘਰ ਪਾਈ ਗਿਆ, ਘਰ ਪਾਈ ਗਿਆ ਸਾਰੇ ਪਾਸੇ ਅੰਦਰ ਕੰਧਾ ਕੁੰਧਾ ਹੈ ਨਾ, ਬਾਅਦ ਚ ਘੋੜੀ ਅੰਦਰ ਹੀ ਰਹਿ ਗਈ ਉਹਦੀ, ਘੋੜੀ ਨਿਕਲੀ ਨੀ ਹੈ ਮੁਬਾਰਕਬਾਦ। ਆਪਣਾ ਬਰਾਊਨ ਟਾਊਨ ਤੋਂ ਪਹਿਲੀ ਐਲਬਮ ਆ ਰਹੀ ਹੈ ਨਾ? ਚਲੋ ਸ਼ੂਟ ਤੇ ਨਿਕਲਣਾ ਸੀ, ਹੁਣ ਫੇਰ ਦੁਬਾਰਾ ਚੱਲੇ ਨੈਕਸਟ ਸ਼ੂਟ।